ਜਿਹੜਾ ਜੂਨ 'ਚ ਜੋ ਸਾਕਾ ਹੋਇਆ, ਜੋ ਜੂਨ ਦੇ ਵਿੱਚ ਭਾਰਤੀ ਫੌਜ ਨੇ ਇੱਦਾਂ ਹਮਲਾ ਕਰਕੇ ਧਾਨ ਕਰਿਆ ਇੱਡੇ ਵੱਡੇ ਪੂਜ ਸਥਾਨ ਦਾ, ਇੱਡੇ ਵੱਡੇ ਧਾਰਮਿਕ ਸਥਾਨ ਦਾ, ਜਿਹਦੇ ਉੱਤੇ ਸਾਰੀ ਸਿੱਖ ਕਮਿਊਨਿਟੀ ਦਾ ਦਾਰੋ ਮਦਾਰ ਹੈ, ਜੋ ਦਿੱਲੀ 'ਚ ਜਿਹਨਾਂ ਨੂੰ ਇਹ ਦੰਗੇ ਕਹਿੰਦੇ ਨੇ ਕਤਲੇਆਮ ਹੋਇਆ, ਜਿਹੜੀ ਵਾਇਲੈਂਸ ਹੋਈ ਹੈ ਉਦੋਂ ਵਾਇਲੈਂਸ ਸਟੇਟ ਇੰਟਰੋਡਿਊਸ ਕਰਦੀ ਆ ਪਹਿਲਾਂ। ਵਾਇਲੈਂਸ ਕਦੇ ਐਜੀਟੇਟਰ ਨਹੀਂ ਕਰਦਾ, ਐਜੀਟੇਟਰ ਮਾੜਾ ਮੋਟਾ ਕਿਸੇ ਰੋੜਾ ਮਾਰੂ ਕੁਛ ਮਾਰੂ, ਐਜੀਟੇਟਰ ਨਹੀਂ ਕਰਦਾ। ਇਹਨਾਂ ਨੇ ਬਾਕੀ ਸਟੇਟਾਂ ਦੇ ਵਿੱਚ ਜਿਹੜੇ ਰੂਲ ਰੱਖੇ ਉਹਨਾਂ ਨੂੰ ਛੱਡ ਕੇ ਸਾਨੂੰ ਆਈਸੋਲੇਟ ਕਰਿਆ ਵੀ ਆਹ ਜੀ BBMB ਤੁਹਾਡਾ ਨਹੀਂ ਹੈ, ਉਹ ਪੰਜਾਬ ਯੂਨੀਵਰਸਿਟੀ ਤੁਹਾਡੀ ਨਹੀਂ ਹੈ, ਚੰਡੀਗੜ੍ਹ ਤੁਹਾਡਾ ਨਹੀਂ ਹੈ। ਇਹ ਉਹਦੇ ਵਿੱਚ ਪਾਣੀਆਂ ਦੇ ਵੰਡ ਦਾ ਮਾਮਲਾ, ਉਹਦੇ ਵਿੱਚ ਵਿਤਕਰਾ ਕਰਿਆ ਗਿਆ ਪੰਜਾਬ ਦੇ ਨਾਲ, ਅਤੇ ਪੂਰੇ ਹਿੰਦੁਸਤਾਨ ਦੀਆਂ ਸਟੇਟਾਂ ਵੰਡੀਆਂ ਗਈਆਂ ਨੇ, ਪਰ ਉਹਨਾਂ ਸਟੇਟਾਂ ਦੇ ਰੂਲ ਸਾਡੇ ਨਾਲੋਂ ਵੱਖਰੇ ਨੇ, ਸਾਡੇ ਕਦੇ ਦੇ ਵੱਖਰੇ ਪੈ ਗਏ। ਜਿਹੜੇ ਸਾਡੇ ਨਿਰੰਕਾਰੀਆਂ ਨੇ ਸਮਾਗਮ ਕਰਨਾ ਸੀ ਅੰਮ੍ਰਿਤਸਰ ਦੇ ਵਿੱਚ, ਜਦੋਂ ਸਮਾਗਮ ਕਰਨਾ ਸੀ ਤਾਂ ਉਹ ਸਿੱਧਾ ਸੀ, ਉਹ ਸਿੱਖ ਧਰਮ ਦੇ ਖਿਲਾਫ ਸਿੱਖ ਪਸਵੇਰੇ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਸੀ, ਜੋ ਸਿੱਖਾਂ ਦੀ ਸਮਝਿਆ। ਹਾਲਾਂਕਿ ਹਰ ਇੱਕ ਨੂੰ ਆਪਣੀ ਇੱਕ ਆਜ਼ਾਦੀ, ਆਪਦਾ ਧਰਮ ਕਰਦੀ, ਨਾ ਕਿ ਦੂਜੇ ਦੇ ਉੱਤੇ ਕਟਾਕਸ਼ ਕਰ। ਚਿੱਟੇ ਜਿਣ ਕੇ ਕੱਪੜੇ ਮੈਲੇ ਚਿੱਤ ਕਠੋਰ ਜੀ, ਉਹ ਬਾਹਰੋਂ ਧੋਤੀ ਤੂੰਬੜੀ ਅੰਦਰ ਵਿਸਨਕੋਰ ਜੀ, ਉਹ ਅਤੇ ਚਿੱਟੇ ਕੱਪੜੇ ਪਾ ਕੇ ਜਿਹੜੇ ਕਹਿੰਦਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ, ਕੁੜੀਆਰ ਮਤ ਪਿੱਟੇ ਵੇ ਮਤ ਪਿੱਟੇ ਅੰਨਾ ਸਾਡਾ ਇਹ ਪਿੱਟੇ, ਫਿਰ ਉਹਨਾਂ ਨੂੰ ਤਾਂ ਚੋਟ ਲੱਗੂਗੀ ਨਾ। ਪਰ ਸੱਚ ਹੈ, ਅਸੀਂ ਸੂਤਕ ਮੰਨਦੇ ਹਾਂ ਜਿਹੜੇ ਹਿੰਦੂ ਨੇ, ਸਿੱਖਾਂ 'ਚ ਕੋਈ ਸੂਤਕ ਨਹੀਂ। ਕਹਿੰਦੇ ਜੇਕਰ ਸੂਤਕ ਮੰਨੀਏ ਤਾਂ ਸਭ 'ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਫਿਰ ਕਹਿੰਦੇ ਸੂਤਕ ਹੈ ਕੀ ਅਸਲੀ, ਇਹ ਕੋਈ ਸੂਤਕ ਨਹੀਂ, ਸੂਤਕ ਕੀ ਹੈ? ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤਰਿਆ ਪਰਤਨ ਰੂਪ, ਕੰਨੀ ਸੂਤਕ ਕੰਨ ਪਏ ਲਾਏ ਤਵਾਰੀ ਖਾਹੇ, ਨਾਨਕ ਹੰਸਾ ਆਦਮੀ ਵੱਧੇ ਜਾਂਦੇ। ਅਲਟੀਮੇਟਲੀ ਸੰਤਾਂ ਨੇ ਬਿਆਨ ਇਹ ਦਿੱਤਾ ਕਿ ਇਹ ਜਿਹੜਾ ਕਤਲ ਹੋਏ ਨੇ ਅਸੀਂ ਕੋਈ ਨਹੀਂ ਕਰਾਏ, ਸਾਡਾ ਇਹਦੇ ਨਾਲ ਕੋਈ ਤਦਕ ਹੀ ਨਹੀਂ, ਇਹ ਤਾਂ ਸਰਕਾਰ ਨੇ ਕਰਾਏ ਨੇ। ਸਰਕਾਰ ਨੂੰ ਪੁੱਛੋ ਵੀ ਉਹ ਜਿਹੜੀ ਬੱਸ ਪੱਤੇ 'ਤੇ ਉਹਨਾਂ ਦੇ ਉਹ ਲੱਗੇ ਹੋਏ ਨੇ, ਅਤੇ ਉਹ ਜਿਹੜੀ ਬੱਸ ਚੱਲ ਕੇ ਚਾਟੀ ਪਿੰਡ ਰੋਡ ਕਿਵੇਂ ਪਹੁੰਚੀ, ਇੰਨੇ ਇਹਨਾਂ ਦੀ ਪੁਲਿਸ ਖੜੀ ਆ, ਫੌਜ ਖੜੀ ਆ, ਫਿਰ ਉਹ ਕਿਵੇਂ ਹੋ ਗਿਆ? ਅਤੇ ਜਿਹੜੇ ਇਹਨਾਂ ਨੇ ਫੜ ਕੇ ਅਨਆਈਡੈਂਟੀਫਾਈਡ ਕਰਕੇ ਮਾਰੇ ਸੀ, ਮੈਂ ਤਾਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਕੱਢ ਕੇ ਇਹਨਾਂ ਨੂੰ ਜੇਲ੍ਹਾਂ ਵੀ ਕਰਾਈਆਂ ਨੇ ਸਰਕਾਰ ਦੇ ਬੰਦਿਆਂ ਨੂੰ। ਐਂ ਨਹੀਂ ਮੈਂ ਡਰਦਾ, ਕਿਉਂਕਿ ਮੈਂ ਕੀ ਰਹਿਣਾ ਰਹਿ ਜੀ ਕੇ, ਜੇ ਇੰਨੀ ਵੱਡੇ ਬਹਾਦਰ ਨੇ ਜਿਹੜੇ ਕਹਿੰਦੇ ਨੇ ਵੀ ਐਂ ਕਰਦਾ। ਹਮਲਾ ਕਰਨ ਵਾਸਤੇ ਇੱਕ ਤੁਹਾਨੂੰ ਇਹੋ ਜਿਹਾ ਮਾਹੌਲ ਬਣਾਉਣਾ ਪਏਗਾ, ਪੂਰੇ ਮੁਲਕ ਦੇ ਜਿਹਨਾਂ ਨੇ ਮਾਹੌਲ ਬਣਾਇਆ। ਮੈਂ ਦਿੱਲੀ ਗਿਆ ਹੋਇਆ ਸੀ ਕਿਸੇ ਪੰਜਾਬ ਸਰਕਾਰ ਦੇ ਕੇਸ 'ਤੇ, ਪੰਜਾਬ ਭਵਨ ਦੇ ਨੇੜੇ ਆ ਉਹ ਕਰਨਾਟਕ ਦੇ, ਸ਼ਾਮ ਨੂੰ ਉੱਥੇ ਉਦੋਂ ਤਾਂ ਬਹੁਤਾ ਉਜਾੜ ਜਿਹਾ ਹੀ ਪਿਆ ਹੁੰਦਾ ਸੀ, ਇੰਨਾ ਨਹੀਂ ਸੀ ਜ਼ਿਆਦਾ ਸਮੇਂ ਹੁੰਦਾ। ਉੱਥੇ ਅਸੀਂ ਬੈਠੇ ਇੱਕ ਜਗ੍ਹਾ 'ਤੇ, ਜੇ ਮੈਨੂੰ ਕਿਸੇ ਨੇ ਪੁੱਛਿਆ ਕਹਾਂ ਸੇ ਆਏ, ਮੈਂ ਗੁਰਦਾਸਪੁਰ, ਕਹਾਂ ਮੈਂ ਪੰਜਾਬ, ਵਹਾਂ ਤੋਂ ਆਗ ਲੱਗੀ, ਕਹਾਂ ਅਖਬਾਰੋਂ ਮੈਂ ਚੁਣੀ। ਤੁਸੀਂ ਮੈਨੂੰ ਕੋਈ ਬੰਦਾ ਦੱਸੇ, ਇਹਨਾਂ ਨੇ ਸਾਰੇ ਫਲਾਹ ਵੀ ਹਿੰਦੂ ਮਾਰਤੇ ਗਏ, ਸਿੱਖਾਂ ਨੇ ਹਿੰਦੂ ਮਾਰੇ, ਮੈਨੂੰ ਕੋਈ ਹਿੰਦੂ ਆ ਕੇ ਦੱਸੇ ਵੀ ਸਿੱਖਾਂ ਨੇ ਹਿੰਦੂ ਮਾਰੇ। ਹਿੰਦੂਆਂ ਨੂੰ ਜਿਹੜੇ ਵੀ ਉੱਥੇ ਲੜਾਈ ਕਰ ਰਹੇ ਸੀ ਉਹਨਾਂ ਨੇ ਮਾਰੇ, ਉਹਨਾਂ ਨੇ ਮਾਰਿਆ, ਸਰਕਾਰੀ ਏਜੰਸੀਆਂ ਨੇ ਮਾਰਿਆ, ਇਹ ਤਾਂ ਇਨਵੈਸਟੀਗੇਸ਼ਨ ਦਾ ਮਾਮਲਾ, ਕਿਉਂਕਿ ਉਹਨੂੰ ਦੋਸ਼ ਨੇ ਉਹਨੂੰ, ਪਰ ਸਿੱਖਾਂ ਨੇ ਹਿੰਦੂ ਨਹੀਂ ਮਾਰੇ, ਸਿੱਖਾਂ ਨੇ ਹਿੰਦੂ ਮਾਰੇ ਹੁੰਦੇ ਪੰਜਾਬ 'ਚ ਇੱਕ ਵੀ ਨਹੀਂ ਹਿੰਦੂ ਬਚਦਾ। ਦਿੱਲੀ ਜਿਹੜਾ ਕਤਲ ਕਰਿਆ ਹੋਇਆ ਉਹ ਸਰਕਾਰ ਨੇ ਹਿੰਦੂਆਂ ਨਾਲ ਹੀ ਸ਼ੈਲਾਨ ਕਰਾਇਆ, ਕਤਲੇ ਮਤੋਂ ਇਹ ਜੇ ਪੰਜਾਬ 'ਤੇ ਕਤਲ ਕਰਿਆ ਹੁੰਦਾ ਫਿਰ ਹਿੰਦੂ ਬਚਦੇ ਕਿੰਨੇ? ਮੈਨੂੰ ਇਹ ਦੱਸੋ, ਪੰਜਾਬ ਨਾਲ ਹਮੇਸ਼ਾ ਹੀ ਧੱਕਾ ਹੋਇਆ, ਆਜ਼ਾਦੀ ਦੇ ਵਿੱਚ ਸਭ ਤੋਂ ਜ਼ਿਆਦਾ ਸਿਰਤਾ ਸੀ ਦਿੱਤੇ ਪੰਜਾਬੀਆਂ ਨੇ, ਸਭ ਤੋਂ ਜ਼ਿਆਦਾ ਸਿੱਖਾਂ ਨੇ ਦਿੱਤੇ, ਪਰ ਸਾਨੂੰ ਮਿਲਿਆ ਕੀ? ਸਾਡੀ ਪੰਜਾਬੀ ਬੋਲੀ ਦੇ ਉੱਤੇ ਹਮਲਾ ਕਰ ਰਹੇ ਨੇ, ਸਾਡੇ ਫਲਸਫੇ 'ਚ ਹਮਲਾ ਕਰ ਰਹੇ ਨੇ, ਸਾਡੇ ਖਾਣ ਪੀਣ ਵਿਚਾਰ ਵਿਹਾਰ 'ਤੇ ਹਮਲਾ ਕਰ ਰਹੇ, ਤਾਂ ਗਵਾੜੂ ਬੋਲੀ ਹੈ ਜੀ, ਇਹ ਕੌਣ ਨੇ ਸਾਨੂੰ ਦੱਸਣਾ ਕਿ ਗਵਾੜੂ ਬੋਲੀ? 1984 'ਚ ਮੇਰੀ ਅਜੇ 9-10 ਸਾਲ ਦੀ ਨੌਕਰੀ ਹੋਈ ਸੀ, ਮੈਂ ਉਦੋਂ ਲਿਖਦਾ ਰਿਹਾ ਸਰਕਾਰ ਦੇ ਖਿਲਾਫ, ਔਰ ਵਡਿਊਸ ਚਾਰ ਵੇਲੇ ਲਿਖਦਾ ਰਿਹਾ। ਆਹ ਹੁਣ 26 ਜਨਵਰੀ ਨੂੰ ਜਿੱਦੇ ਹੋਇਆ, ਮੈਂ ਉਦੋਂ ਕਿਹਾ ਵੀ ਇਹ ਜਿਹੜਾ ਲਾਲ ਕਿਲੇ 'ਤੇ ਜੋ ਕੁਛ ਹੋਇਆ ਇਹ ਜ਼ਿੰਮੇਵਾਰੀ ਦੇ ਗ੍ਰਹਿ ਮੰਤਰੀ 'ਚ ਹੋਰ ਨੇ, ਕਿਉਂਕਿ ਇਹਨਾਂ ਨੇ ਲਾਲ ਕਿਲੇ ਦੀ ਰਾਖੀ ਕਰਨੀ, ਜੋ ਰਾਖੀ ਨਹੀਂ ਬੰਦਾ ਕਿਹੜਾ ਜਾ ਕੇ, ਮੈਂ ਆਪਣਾ ਘਰ ਖੁੱਲ੍ਹਾ ਛੱਡਦਾ, ਉਹਦੇ ਜਿਹੜਾ ਮਰਜ਼ੀ ਆਪਣੇ ਕਸੂਰ ਤਾਂ ਮੇਰਾ, ਮੈਂ ਘਰ ਕਿਉਂ ਖੁੱਲ੍ਹਾ ਛੱਡਦਾ? ਤੁਸੀਂ ਇੱਥੇ ਰਾਜ ਲੋਕਾਂ ਦਾ ਕਿਵੇਂ ਐਸਟੈਬਲਿਸ਼ ਕਰੋਗੇ? ਬੰਦੇ ਮਾਰ ਮਾਰ ਕੇ, ਬੰਦੇ ਮਾਰ ਕੇ ਰਾਜ ਨਹੀਂ ਐਸਟੈਬਲਿਸ਼ ਹੁੰਦੇ ਬੰਦੇ ਨੂੰ ਇਕੱਠੇ ਕਰਕੇ। ਐਮਰਜੈਂਸੀ ਵਿਰੋਧ ਅਸੀਂ ਕਰਿਆ, ਪਹਿਲਾਂ ਕੁਛ ਜੇ ਟੈਕਸ ਆਇਆ ਉਹਨੇ ਕੈਰੋ ਨੇ ਧਾਉਂਦਾ, ਅਸੀਂ ਵਿਰੋਧ ਕਰਿਆ। ਸੋ ਉਹਨਾਂ ਦਾ ਇੰਟਰਸਟ ਸੀ ਇਹਨਾਂ ਨੂੰ ਦਬਾ ਕੇ ਰੱਖਿਆ, ਇਹ ਬੋਲਦੇ ਨੇ ਜਾਂਦੇ। ਅਹਿਮਦ ਸਾਹਿਬ ਦਾ ਵਿਆਹ ਤਾਂ ਅਸੀਂ ਕਰਿਆ, ਉਹ ਜਨਾਨੀਆਂ ਨੂੰ ਲਿਜਾ ਰਿਹਾ ਸੀ 2200, ਕੋਈ ਤਾਂ ਕੋਈ ਸਿੱਖਾਂ ਦੀ ਜਨਾਨੀ ਨਹੀਂ ਸੀ ਭਾਈ ਸਾਹਿਬ, ਉਹ ਜਨਾਨੀਆਂ ਹਿੰਦੂਆਂ ਦੀਆਂ ਸੀ। ਲੰਗਰ ਵਿਚਾਰੇ ਛੱਡ ਕੇ ਉਹਨਾਂ ਨੂੰ ਬਚਾਇਆ ਤੇ ਉਹਨਾਂ ਦੇ ਘਰੋਂ ਕਰੀ ਇੱਕ ਦੀ ਅੱਖ ਵਾਲੀ ਕੋਈ ਚਾਚਾ, ਇਹ ਹੈ ਖੰਡਾ। ਪਿਆਰੇ ਲਾਲ ਗਰਗ ਜੀ, ਕੁਝ ਦਿਨ ਪਹਿਲਾਂ ਜਿਹੜਾ ਕੇਂਦਰੀ ਸਿੰਘ ਸਭਾ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਸੀਗਾ, ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣਾ ਜਿਹੜਾ ਕਿ ਲੈਕਚਰ ਦਿੱਤਾ ਸੀ, ਲੈਕਚਰ ਦੇ ਦੌਰਾਨ ਜਿਹੜੀ ਆ ਕਿ ਕੋਈ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਬਾਰੇ ਵੀ ਕੋਈ ਗੱਲਬਾਤ ਹੋਈ ਸੀ, ਸਿੱਖਿਜ਼ਮ ਬਾਰੇ ਕੋਈ ਗੱਲ ਹੋਈ ਸੀ, ਕੀ ਉਹ ਗੱਲ ਸੀ ਅਤੇ ਕਿਉਂ ਤੁਹਾਨੂੰ ਉਸ ਵਕਤ ਜਿਹੜੀ ਆ ਕਿ ਮੌਕੇ 'ਤੇ ਉਹ ਗੱਲ ਕਰਨੀ ਪਈ ਸੀ? ਦੇਖੋ ਗੱਲ ਇਹ ਹੈ ਵੀ ਉਹ ਸ਼ਤਾਬਦੀ ਮਨਾਈ ਜਾ ਰਹੀ ਸੀ ਜਿਹੜੇ ਕਿ ਜਿਹੜਾ ਜੂਨ 'ਚ ਜੋ ਸਾਕਾ ਹੋਇਆ, ਜੋ ਜੂਨ ਦੇ ਵਿੱਚ ਭਾਰਤੀ ਫੌਜ ਨੇ ਐਡਾ ਹਮਲਾ ਕਰਕੇ ਧਾਨ ਕਰਿਆ ਐਡੇ ਵੱਡੇ ਪੂਜ ਸਥਾਨ ਦਾ, ਐਡੇ ਵੱਡੇ ਧਾਰਮਿਕ ਸਥਾਨ ਦਾ, ਜਿਹਦੇ ਉੱਤੇ ਸਾਰੀ ਸਿੱਖ ਕਮਿਊਨਿਟੀ ਦਾ ਦਾਰੋ ਮਦਾਰ ਹੈ, ਅਤੇ ਉਸ ਤੋਂ ਬਾਅਦ ਜਿਵੇਂ ਦੋ ਦਿੱਲੀ 'ਚ ਜਿਨ੍ਹਾਂ ਨੂੰ ਇਹ ਦੰਗੇ ਕਹਿੰਦੇ ਨੇ ਕਤਲੇਆਮ ਹੋਇਆ, ਅਤੇ ਉਸ ਦਾ ਸਾਰਾ ਉਹ 84 ਦਾ ਜਿਹੜਾ ਸੀ ਉਹਦੇ ਬਾਰੇ ਇਹ
ਇਹ ਸੈਮੀਨਾਰ ਦੇ ਵਿੱਚ ਮੈਂ ਅੱਜ ਵੀ ਕਹਿਣਾ ਮੈਂ ਉਦੋਂ ਗੁਰਦਾਸਪੁਰ ਦੇ ਵਿੱਚ ਮੇਰੇ ਕੋਲ ਐਸਐਮਓ ਦੀ ਪੋਸਟ ਦਾ ਚਾਰਜ ਸੀਗਾ ਸਿਵਲ ਹਸਪਤਾਲ ਦਾ ਮੈਂ ਉਹ ਅੱਖੀਂ ਸਾਰਾ 3 ਜੂਨ 1984 ਨੂੰ ਸੰਡੇ ਸੀਗਾ ਉਦੋਂ ਪਹਿਲਾਂ ਮੈਂ ਅੰਮ੍ਰਿਤਸਰ ਦੇ ਵਿੱਚ ਵੀ ਜਾਂਦਾ ਰਹਿੰਦਾ ਸੀ ਮੈਂ ਅੰਮ੍ਰਿਤਸਰ ਦੇ ਵਿੱਚ ਜਾ ਕੇ ਉੱਥੇ ਕੌਂਗਰੀਗੇਸ਼ਨ ਵੀ ਅਟੈਂਡ ਕਰੀਆਂ ਨੇ ਅਤੇ ਉਹਦੇ ਵਿੱਚ ਇਹ ਸੀ ਕਿ ਜਿਹੜੀ ਵਾਇਲੈਂਸ ਹੋਈ ਆ ਉਦੋਂ ਵਾਇਲੈਂਸ ਸਟੇਟ ਇੰਟਰੋਡਿਊਸ ਕਰਦੀ ਆ ਪਹਿਲਾਂ ਵਾਇਲੈਂਸ ਕਦੇ ਐਜੀਟੇਟਰ ਨਹੀਂ ਕਰਦਾ ਐਜੀਟੇਟਰ ਮਾੜਾ ਮੋਟਾ ਕਿਸੇ ਰੋੜਾ ਮਾਰੂ ਕੁਛ ਮਾਰੂ ਐਜੀਟੇਟਰ ਨਹੀਂ ਕਰਦਾ 78 ਤੋਂ ਸ਼ੁਰੂ ਹੋਇਆ ਅਸਲ ਤਾਂ 66 ਤੋਂ ਸ਼ੁਰੂ ਹੋਇਆ ਜਦ ਰੀਓਰਗਨਾਈਜੇਸ਼ਨ ਦੇ ਵਿੱਚ ਇਹਨਾਂ ਨੇ ਬਾਕੀ ਸਟੇਟਾਂ ਦੇ ਵਿੱਚ ਜਿਹੜੇ ਰੂਲ ਰੱਖੇ ਉਹਨਾਂ ਨੂੰ ਛੱਡ ਕੇ ਸਾਨੂੰ ਆਈਸੋਲੇਟ ਕਰਿਆ ਵੀ ਆ ਜੀ BBMB ਤੁਹਾਡਾ ਨਹੀਂ ਹੈ ਔਰ ਪੰਜਾਬ ਯੂਨੀਵਰਸਿਟੀ ਤੁਹਾਡੀ ਨਹੀਂ ਹੈ ਚੰਡੀਗੜ੍ਹ ਤੁਹਾਡਾ ਨਹੀਂ ਹੈ ਇਹ ਉਹਦੇ ਵਿੱਚ ਪਾਣੀਆਂ ਦੇ ਵੰਡ ਦਾ ਮਾਮਲਾ ਉਹਦੇ ਵਿੱਚ ਵਿਤਕਰਾ ਕਰਿਆ ਗਿਆ ਪੰਜਾਬ ਦੇ ਨਾਲ ਅਤੇ ਪੂਰੇ ਹਿੰਦੁਸਤਾਨ ਦੀਆਂ ਸਟੇਟਾਂ ਵੰਡੀਆਂ ਗਈਆਂ ਨੇ ਪਰ ਉਹਨਾਂ ਸਟੇਟਾਂ ਦੇ ਰੂਲ ਸਾਡੇ ਨਾਲੋਂ ਵੱਖਰੇ ਨੇ ਸਾਡੇ ਕਲਿਆਂ ਦੇ ਵੱਖਰੇ ਬਣਾ ਗਏ ਜਿਹੜੇ ਸਾਡੇ ਹਿੱਤ 'ਚ ਨੇ ਉਹਦੇ ਈਵਜ 'ਚ ਹੀ ਅੱਗੇ ਇਹਨਾਂ ਨੇ ਪਾਣੀ ਦਾ ਇੱਕ ਦੇ ਦਿੱਤਾ ਫੈਸਲਾ ਵੀ ਇਸ ਤਰ੍ਹਾਂ ਵੰਡਣਾ ਹੈ ਜਦਕਿ ਉਂਝ ਸਭ 60-40 'ਚ ਵੰਡਿਆ ਗਿਆ ਉਹ 'ਚ 50-50 ਕਰਤਾ ਅਤੇ ਜਿਹਦੇ ਨਾਲ ਹੋਰ ਝਗੜਾ ਵੱਧ ਗਿਆ ਫਿਰ ਜਾ ਕੇ 1978 ਦੇ ਵਿੱਚ ਨਿਰੰਕਾਰੀਆਂ ਨੇ ਸਮਾਗਮ ਕਰਨਾ ਸੀ ਅੰਮ੍ਰਿਤਸਰ ਦੇ ਵਿੱਚ ਜਦੋਂ ਸਮਾਗਮ ਕਰਨਾ ਸੀ ਤਾਂ ਉਹ ਸਿੱਧਾ ਸੀ ਉਹ ਸਿੱਖ ਧਰਮ ਦੇ ਖਿਲਾਫ ਸਿੱਖ ਪਰ ਸਵੇਰੇ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਸੀ ਜੋ ਸਿੱਖਾਂ ਦੀ ਸਮਝ ਹੈ ਹਾਲਾਂਕਿ ਹਰ ਇੱਕ ਨੂੰ ਆਪਣੀ ਇੱਕ ਆਜ਼ਾਦੀ ਆਪਦਾ ਧਰਮ ਆਪਦਾ ਧਰਮ ਕਰਨ ਦੀ ਨਾ ਕਿ ਦੂਜੇ ਦੇ ਉੱਤੇ ਕਟਾਕਸ਼ ਕਰਨ ਹਾਲਾਂਕਿ ਜੇ ਅਸੀਂ ਸਿੱਖ ਧਰਮ ਨੂੰ ਦੇਖੀਏ ਸਿੱਖ ਧਰਮ ਤਾਂ ਥਾਂ ਥਾਂ 'ਤੇ ਕਟਾਕਸ਼ ਭਰੇ ਹੋਏ ਨੇ ਇਹ ਕਿਹਨੂੰ ਰੋਕਣਗੇ ਜੇ ਸਿੱਖ ਧਰਮ ਦੇ ਵਿੱਚ ਇਹ ਕਿਹਾ ਜਾਂਦਾ ਹੈ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਲੇਕਰ ਲਾਠੀ ਟੰਗਰਾ ਤੋੜੀ ਲਾਂਗਤ ਲਾਂਗਤ ਜਾਤੀ ਥੀ ਫਿਰ ਜਿਹੜੇ ਗਾਇਤਰੀ ਦਾ ਪਾਠ ਕਰਦੇ ਉਹਨਾਂ ਨੂੰ ਸੱਟ ਨਹੀਂ ਲੱਗੇਗੀ ਰੋਜ਼ ਪਾਠ ਹੁੰਦਾ ਹੈ ਨਾ ਫਿਰ ਕਹਿੰਦਾ ਲੋਕੀ 68 ਤੀਰਥ ਨਾਈ ਕੌੜਾ ਪਨ ਤਹੂ ਨਾ ਜਾਈ 360 ਤੀਰਥਾਂ 'ਤੇ ਨਹਾ ਕੇ ਵੀ ਤੁਹਾਡੇ ਜੇ ਅੰਦਰ ਜ਼ਹਿਰ ਆ ਉਹ ਜਾਣੀ ਨਹੀਂ ਇਹ ਤਾਂ ਗੱਲ ਤਾਂ ਸੱਚੀ ਹੈ ਪਰ ਜਿਹੜੇ ਵਿਸ਼ਵਾਸ ਕਰਦੇ ਵੀ ਨਹੀਂ ਤੀਰਥਾਂ 'ਤੇ ਨਹਾਉਣ ਨਾਲ ਪਾਪ ਉੱਤਰ ਜਾਂਦੇ ਨੇ ਉਹਨਾਂ ਦੇ ਤਾਂ ਵਾਸਤੇ ਫਿਰ ਇਹ ਉਹਨਾਂ ਨੂੰ ਤਾਂ ਠੀਸ ਪਹੁੰਚੂ ਜਾਂ ਐਂਟੀ ਦੀ ਗੱਲ ਕਰਦੇ ਹਾਂ ਚਿੱਟੇ ਜਿਣ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਬਾਹਰੋਂ ਧੋਤੀ ਤੂੰਬੜੀ ਅੰਦਰ ਵਿਸਨ ਕੋਰ ਜੀਓ ਅਤੇ ਚਿੱਟੇ ਕੱਪੜੇ ਪਾ ਕੇ ਜਿਹੜੇ ਕਹਿੰਦਾ ਦੇ ਕੇ ਚੌਕਾ ਕੱਢੀ ਕਾਰ ਉਪਰਾਏ ਬੈਠੇ ਕੁੜੀਆਰ ਮਤ ਪਿੱਟੇ ਵੇ ਮਤ ਪਿੱਟੇ ਆਨਾ ਸਾਡਾ ਇਹ ਪਿੱਟੇ ਫਿਰ ਉਹਨਾਂ ਨੂੰ ਤਾਂ ਚੋਟ ਲੱਗੂਗੀ ਨਾ ਪਰ ਸੱਚ ਹੈ ਸੱਚ ਕਹਿਣ ਦੇ ਵਿੱਚ ਜੇ ਕਿਸੇ ਨੂੰ ਚੋਟ ਲੱਗਦੀ ਹੈ ਕਰਮ ਕਾਂਡ ਦੇ ਖਿਲਾਫ਼ ਬੋਲਣ ਦੇ ਵਿੱਚ ਜੇ ਕੋਈ ਗੱਲ ਹੁੰਦੀ ਹੈ ਕੌਣ ਮਾਸ ਕੌਣ ਸਾਗ ਕਹਾਵੇ ਗਿਆਨ ਧਿਆਨ ਕਿ ਜਾਣੇ ਨਾਹੀਂ ਚਤਰ ਕਹਾਵੇ ਪਾਂਡੇ ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਤੁਸੀਂ ਕਿਹਨੂੰ ਮਾਸ ਕਿਹਨੂੰ ਸਾਗ ਕਹਿੰਦੇ ਹੋ ਹੈਂ ਮਾਸੋਂ ਜੰਮੇ ਮਾਸੋਂ ਨਿੰਮੇ ਹਮ ਮਾਸੇ ਕੇ ਭਾਂਡੇ ਇਹ ਤਾਂ ਸਾਰਾ ਕੁਛ ਮਾਸ 'ਚੋਂ ਪੈਦਾ ਹੋਇਆ ਬਿਲਕੁਲ ਜੇਤੇ ਦਾਣੇ ਅੰਨ ਕੇ ਜੀਆਂ ਬਾਅਦ ਨਾ ਕੋਈ ਅਸੀਂ ਸੂਤਕ ਮੰਨਦੇ ਹਾਂ ਜਿਹੜੇ ਹਿੰਦੂ ਨੇ ਸਿੱਖਾਂ 'ਚ ਤਾਂ ਕੋਈ ਸੂਤਕ ਨਹੀਂ ਕਹਿੰਦੇ ਜੇਕਰ ਸੂਤਕ ਮੰਨੀਏ ਤਾਂ ਸਭ 'ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਫਿਰ ਕਹਿੰਦੇ ਸੂਤਕ ਹੈ ਕੀ ਅਸਲੀ ਇਹ ਕੋਈ ਸੂਤਕ ਨਹੀਂ ਸੂਤਕ ਕੀ ਹੈ ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀਂ ਸੂਤਕ ਵੇਖਣਾ ਪਰਤਰਿਆ ਪਰਤਨ ਰੂਪ ਕੰਨੀ ਸੂਤਕ ਕੰਨ ਪੈ ਲਾਏ ਤਵਾਰੀ ਖਾਹੇ ਨਾਨਕ ਹੰਸਾ ਆਦਮੀ ਵੱਧੇ ਜੰਮ ਪੁੱਤ ਸੋ ਸਾਨੂੰ ਵੈਲੂਏਸ਼ਨ ਜਦ ਅਸੀਂ ਕਰਦੇ ਹਾਂ ਜਦ ਅਸੀਂ ਨਜ਼ਰਸਾਨੀ ਕਰਦੇ ਉਹ ਇਸੇ ਵਾਸਤੇ ਹੁੰਦੀ ਹੈ ਇਹ ਕੋਈ ਆਏ ਨਹੀਂ ਹੈ ਇਹ ਜਦ ਸਿੱਖਾਂ ਦੇ ਵਿੱਚ ਤੁਸੀਂ ਮੈਨੂੰ ਮੈਂ ਤਾਂ ਕਹਿਣਾ ਜੋ ਵੀ ਕਹਿਣਾ ਹੈ ਮੈਂ ਇਹ ਪੁੱਛਦਾ ਵੀ ਜਿਹੜਾ ਪ੍ਰਿਥੀ ਚੰਦ ਨਾਲ ਕੀ ਝਗੜਾ ਸੀ ਫਿਰ ਪ੍ਰਿਥੀ ਨਾਲ ਕੀ ਝਗੜਾ ਸੀ ਗੁਰੂ ਅਰਜਨ ਦੇਵ ਜੀ ਦਾ ਦੱਤੂ ਨਾਲ ਇਹ ਆਪਣਾ ਇਹ ਸ਼੍ਰੀ ਚੰਦ ਅਤੇ ਲਖਮੀ ਚੰਦ ਨਾਲ ਕੀ ਝਗੜਾ ਸੀ ਗੁਰੂ ਅੰਗਦ ਦੇਵ ਜੀ ਦਾ ਗੁਰੂ ਅੰਗਦ ਦੇਵ ਜੀ ਦੇ ਬੇਟੇ ਉਹਨਾਂ ਦਾ ਗੁਰੂ ਅਮਰਦਾਸ ਜੀ ਨਾਲ ਕੀ ਝਗੜਾ ਸੀ ਗਲਤ ਇੱਕ ਵਿਦਨ ਗੁਰੂ ਘਰ ਦੇ ਵਿੱਚ ਫਿਰ 22 ਮੰਜੀਆਂ ਡਹਿ ਗਈਆਂ ਸੀ 22 ਮੰਜੀਆਂ ਦਾ ਕੀ ਝਗੜਾ ਸੀ ਹਰੇਕ ਆਪਦਾ ਕਬਜ਼ਾ ਅਤੇ ਪਰ ਆਇਆ ਉਹ ਮੱਖਣ ਸਾਹਿਬ ਵਾਲਾ ਉਹਨੇ ਗੁਰੂ ਲੱਭਦੇ ਰਹੀ ਲੱਭਦੇ ਗੁਰੂ ਤੇਗ ਬਹਾਦਰ ਜੀ ਨੂੰ ਸੋ ਇਹ ਗੱਲਾਂ ਚੱਲਦੀਆਂ ਰਹੀਆਂ ਨੇ ਇਹਦੇ ਵਿੱਚ ਜਿਹੜਾ ਸੀ ਸਟੇਟ ਨੇ ਵਾਇਲੈਂਸ ਇੰਟਰੋਡਿਊਸ ਕਰੀ ਸਭ ਤੋਂ ਪਹਿਲਾਂ 78 ਦੇ ਵਿੱਚ ਉਹਦਾ ਇਨਸਾਫ਼ ਨਹੀਂ ਮਿਲਿਆ ਬਲਕਿ ਉਲਟਾ ਉਹ ਜਿਹੜੇ 13 ਸਿੰਘ ਸ਼ਹੀਦ ਵੀ ਹੋ ਗਏ ਅਤੇ ਜਿਹੜੇ ਉਹ ਕਾਤਲ ਕਰਨ ਵਾਲੇ ਸੀ ਹਮਲਾਵਰ ਉਹਨਾਂ ਨੂੰ ਇਹ ਕਹਿ ਕੇ ਛੱਡਿਆ ਗਿਆ ਵੀ ਇਹਨਾਂ ਨੇ ਤਾਂ ਸੈਲਫ ਡਿਫੈਂਸ 'ਚ ਗੋਲੀ ਚਲਾਈ ਆ ਹੁਣ ਸੈਲਫ ਡਿਫੈਂਸ 'ਚ ਇਹ ਤਾਂ ਹੋ ਨਹੀਂ ਸਕਦਾ ਵੀ ਦੂਜੇ ਪਾਸੇ 13 ਮਰ ਜਾਣੇ ਇਹਨਾਂ ਦਾ ਕੁਛ ਵੀ ਨਾ ਹੋਵੇ ਇਹ ਤਾਂ ਸੈਲਫ ਡਿਫੈਂਸ ਨਹੀਂ ਨਾ ਹੁੰਦੀ ਸੈਲਫ ਤਾਂ ਦੋਹਾਂ ਦੇ ਪੈਂਦੀਆਂ ਨੇ ਸੋ ਇਸ ਕਰਕੇ ਜਦੋਂ ਛੱਡੇ ਗਏ ਤਾਂ ਪਹਿਲਾਂ ਗੁਰਬਚਨ ਸਿੰਘ ਦਾ ਕਤਲ ਹੋਇਆ ਨਿਰੰਕਾਰੀ ਦਾ ਉਸ ਤੋਂ ਬਾਅਦ ਲਾਲਾ ਜਗਤ ਨਾਰਾਇਣ ਦਾ ਕਤਲ ਹੋਇਆ ਇਹ ਕਤਲ ਹੋਏ ਨੇ ਪਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਆਏ ਟੱਕ ਲਾਉਣ ਆ ਗਏ ਉੱਥੇ ਕਪੂਰੀ ਵੀ ਅਸੀਂ ਤਾਂ ਇਹ ਉਹਨੂੰ ਇਹਨਾਂ ਨੇ ਅਕਾਲੀਆਂ ਲਾਇਆ ਨਾ ਰੋਕੂ ਮੋਰਚਾ ਮੈਂ ਉਹਦੇ ਵਿੱਚ ਗਿਆ ਡਾਕਟਰ ਦੇ ਤੌਰ 'ਤੇ ਇਹਨਾਂ ਦੀ ਅਕਾਲੀਆਂ ਵਾਲੇ ਪਾਸੇ ਦੀ ਮੈਡੀਕਲ ਏਡ ਦੇਣ ਵਾਸਤੇ ਵਲੰਟਰੀ ਤੌਰ 'ਤੇ ਉੱਥੇ ਇੱਕ ਕਵੀਸ਼ਰੀ ਗਾਈ ਜਾ ਰਹੀ ਸੀ ਔਰ ਇੰਨੀ ਵਧੀਆ ਕਵੀਸ਼ਰੀ ਸੀ ਕਿ ਜੀ ਜਿਹੜੇ 5 ਦਰਿਆ ਨੇ ਇਹਦਾ ਪਾਣੀ ਸਾਡਾ ਵਿਰਸਾ ਹੈ ਉਹਦੀ ਟੇਕ ਸੀ ਵਿਰਸਾ ਹੈ ਪੰਜਾਬ ਦਾ 5 ਦਰਿਆਵਾਂ ਦਾ ਪਾਣੀ ਉਹਨਾਂ ਨੇ ਕਿਹਾ ਕ੍ਰਿਸ਼ਨਾ 'ਚ ਨਹੀਂ ਅਸੀਂ ਮੰਗਦੇ ਕਬੀਰੀ 'ਚੋਂ ਨਹੀਂ ਮੰਗਦੇ ਨਰਮਦਾ 'ਚੋਂ ਨਹੀਂ ਮੰਗਦੇ ਬਿਟਵਾ 'ਚੋਂ ਨਹੀਂ ਮੰਗਦੇ ਕੇਨ 'ਚੋਂ ਨਹੀਂ ਮੰਗਦੇ ਸੋਨ 'ਚੋਂ ਨਹੀਂ ਮੰਗਦੇ ਗੰਗਾ 'ਚੋਂ ਨਹੀਂ ਮੰਗਦੇ ਪਰ ਇਹ 5 ਦਰਿਆਵਾਂ ਦਾ ਪਾਣੀ ਸਾਡਾ ਵਿਰਸਾ ਉਹ ਮੋਰਚੇ ਤੋਂ ਬਾਅਦ ਉਹ ਧਰਮ ਯੁੱਧ ਮੋਰਚਾ ਬਣ ਗਿਆ ਫਿਰ ਗੁਰਦਾਸਪੁਰ ਦੇ ਵਿੱਚ ਇਹਨਾਂ ਨੇ ਅਕਾਲੀਆਂ ਨੇ ਦਫ਼ਤਰਾਂ ਦਾ ਘਿਰਾਓ ਕਰਿਆ ਸੀ ਸਰਕਾਰੀ ਦਫ਼ਤਰਾਂ ਦਾ
डीसी दफ्तर का कि मैं उदो गुरदासपुर पोस्टर से गुरदासपुर के डीसी ने उसे गोली चला थी उसे रौला पै गया भी इन्ने बंद मर गए हो गए आ हो गया फलाना हो गया बड़ा क्योंकि इन्ना कट थी 10,000 का गोली चला थी तो हस्पताल चाह गए मैं डॉक्टर की ड्यूटियां लाती भी करो पोस्ट इन्हों के ये मैडिकल तो मैं भी करे नाल मैं कहता भी सारे परचे लिख लिख के ला दो सब के सामने क्योंकि मेरी तो आदत भी लोगों को पता होना चाहिए मेरे दस्तखत लोग चाहे वो अकाली सी चाहे कांग्रेस सब कहते भी जे इन्होंने दस्तखत में तो ठीक है गल सुचा सिंह छोटेपुर जी ये जथेदार होंगे जिले के उदो बड़े नौजवान से कोई इन्होंने मैं क्या जसे जी तुम मेरे गोली मिलवा सकते हो ये आए जल तो सरकार मैंने डिसमिस कर सकती है ना मैं तो कहे तो 25 की 26 बनानी है ना 26 की 25 सरकार के कहे तो वो कहते दस आई क्यों कहने है थोड़े तो कोई उंगल उठा सकता मैं तो सिर्फ बेनती करना आया भी कई बार दवाई दवाई होंगी नहीं दास में हुक्म करे सो मेरा कहने का मतलब यह है उत्थे भी वायलेंस जी इंट्रोड्यूस करी स्टेट ने करी मैनू फोन आया मैनू मेरे सिविल सर फोन आया उन्होंने मैंनू बुलाया कहिंदे भी तुसीं इत्थे परचे लवाते हो कहिंदे इत्थे तां लैंड आउट हो जाऊ मैं जी उन्होंने की पता एवं गोली चलाती उन्हें लैंड आउट तो परचे ना आने करके होना सी ये तो हम लोगों को पता लगे मेरे दफ्तर भी यार नहीं है नहीं मैं क्या उन्होंने तो दफ्तर तोड़ देना सी तुहाडा उन्हें वो कहिंदे पता नहीं किन्ने बंदे मर गए ट्रक भर के तो बड़ी चुके लगे तो कहिंदे फिर तुसीं कहिंदे भी तुसीं उत्थे लिखता भी फायर आर्मी इंजरी है गोली नाल इंजरी हुई है मैं जी 14 डॉक्टर ने परचे खट्टे ने लिखी होनी है कहिंदे मैनूं पता लगे तुसीं भी लिखी है मैं जी मैं भी लिखी होनी है कहिंदे डीसी दा कहिंदा मैं गोली चलाई नहीं मैं नहीं चलाई होनी जी कहिंदे फिर ही किवें होया मैं जी मैं कित्थे लिखिया भी जिहड़ा ये बंदा सट लगी है मैं तो यह लिखिया भी जिहड़ा मैं बंदा देख रहा हाँ इन्हें गोली लगी हुई है ये मैं कितने लिखा ये भी यह जो डीसी के हुक्म नाल गोली चली सी वो लगी है कहिंदे फिर वो किवें साबित होया जी तो मौके का गवाह गवाही देगा वो साबित करेंगे भी उत्थे सी गोली तो दूजे पासों भी खा के आ सकता है सो असी तो यही लिखिया भी आह जो साढ़े को 70 बंदे आए ने यह गोली नाल फटण ने वो गोली किने हुक्म नाल चली है किने चलाई है किवें चलाई है यहाँ साडा कोई तलक नहीं समझा यह भी कि दूरों चली हो जी किहो जिहा हथियार हो जी वो गवाही देवे अभी कोर्ट से समझ सो एक है सो उदू बाद जी वायलेंस इंट्रोड्यूस होंगी रही ढिडवा कणा कतल होए बस के ढिडवा कणा के उत्ते मैं पता लगे भी संतान ने यह उन्होंने कंडम करने की सलाह कर दी कि पर कुछ ऐसिया वो होंगे ने आले दुआले कोई यही नहीं होंगे बंदा सीधा मैनू आके कहेगा वो गाह की गाह एक ओपीनियन बिल्ड करते होंगे ने अल्टीमेटली संतान ने बयान ये दिता कि यह जरा कतल हुए ने असी कोई नहीं कराए साडा ये कोई तलक ही नहीं है तो सरकार ने कराए ने सरकार को पुछो भी वो जी बस पत्ते पत्ते तो उन्होंने लगे हुए हैं तो वो जी बस चल के चाटी पिंड रोड किमें पहुँच गई इन्ने इन्हों की पुलिस खड़ी है फौज खड़ी है फिर उत्थे किमें हो गया सो उहदे विच एक जरूर सी जिहड़ा इन्होंने बुद्धिजीवियों का एक बुलाया सी कट्ठ उस कट्ठ मैं मंजी साहब हाल चीगा मैं उहदे च हाजिर सी मैं सारा दिन हाजिर रहा क्योंकि मेरी तो शरदा शरदा दे नाल पर मैं सच नहीं बोलना हारदा कि मार देने तो मार देने गोली मरने तो कोई औखा काम नहीं तो बंदर के हाथ तुम घोड़ा फड़ा तो भी दब दूगा जे मैं ही डरना हो तो मैं सरकार तो ही डरी जाता तो जिहड़े इन्हां ने फटके अनआइडेंटिफाइड करके मारे से मैं तो उन्होंने आइडेंटिफिकेशन कढ़ के इन्हां नूं जेलां भी कराइयां ने सरकार के बंदिआं नूं आया नहीं मैं डरदा डरदा क्योंकि मैं की रहना रह जी के जे इन्नी वड्डे बहादुर ने जिहड़े कहिंदे ने भी ऐं कर दांगे मैं सच्ची गल कहनी है उत्थे पहला संत लौंगोवाल बोले संत लौंगोवाल ने कहा भी नहीं असी सारे भाई साडी तां सरकार नाल लड़ाई है बेइंसाफी के खिलाफ लड़ाई है तो उस तो बाद संत जरनैल सिंह पिंडराले जी बोले उन्होंने आख्या जिहड़ा डरदा वो चला जाए दंबूकां लै लो घोड़े लै लो 35-35 आउंदे ने किसे नूं मैं सुन के आया ये मैं कहा ये हुण भी कहना मैं ये कहना कि संतां ने ये गल आप नहीं कही संतां दे आले दुआले जिहड़ी कोठरी आ ये क्योंकि ये चाहुंदी सी स्टेट इंडियन स्टेट भी असीं हमला करिए हमला करन वास्ते एक तुहानूं इहो जिहा माहौल बनाउणा पएगा पूरे मुल्क दे इन्हां ने माहौल बनाया मैं दिल्ली गया होया सी किसे पंजाब सरकार दे केस च पंजाब भवन के नेड़े आ वो कनाट प्लेस शाम उत्थे उदों तो बहुता उजाड़ जिहा ही पिया हुंदा सी इन्ना नहीं सी ज़्यादा जिवें हुण है उत्थे असीं बैठे एक जगह ते ते मैनूं किसे ने पुछिया कहाँ से आए हो मैं गुरदासपुर से कहा मैं पंजाब वहाँ तो आग लगी है मैं कहा अखबारों में तो लगी है तुसी मैनू कोई बंदा दसे इन्होंने सारे फलाया भी हिंदू मारते जी इन्हें सिखा ने हिंदू मारे ने मैनू कोई हिंदू आके दसे भी सिखा ने हिंदू मारे हो हिंदुओं नू जेड़े भी उत्थे लड़ाई कर रहे थे उन्होंने मारिया सरकारी एजेंसियां ने मारिया ये तो इन्वेस्टिगेशन का मामला है क्योंकि वह दोष ने हूँ पर सिखा ने हिंदू नहीं मारे सिखा ने हिंदू मारने होंगे पंजाब एक भी नहीं हिंदू बचता सी वो तो दिल्ली ने उस तो बाद नहीं मारे दिल्ली च कतलेआम इन्ना सिखा का होया जे दिल्ली जिहड़ा कतलेआम होया वो सरकार ने हिंदुओं राही शहरान कराया कतलेआम तो वह होंगे ये जे पंजाब चाहे कतलेआम होंगे फिर हिंदू बचते किवें मैनू ये दसो किन्ने सिख उतों आए ने कानपुर चो दिल्ली चो बुकारो चो थां थां तो आए सिर्फ एक बंगाल ऐसी स्टेट सी
ਜਿੱਥੇ ਉਹਨਾਂ ਨੇ ਨਹੀਂ ਮਰਨ ਦਿੱਤਾ, ਕੁਛ ਕਰਨ ਦਿੱਤਾ, ਬਾਕੀ ਜਗ੍ਹਾ 'ਤੇ ਹੋਇਆ। ਸੋ ਇਹ ਕਹਿਣਾ ਵੀ ਹਿੰਦੂ ਜੇ ਨੂੰ ਸਿੱਖ ਮਾਰ ਰਿਹਾ ਸੀ ਪੰਜਾਬ 'ਚ, ਇਹ ਗਲਤ ਹੈ। ਬਲਕਿ ਮੈਨੂੰ ਕਿਸੇ ਨੇ ਪੁੱਛਿਆ ਵੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਕੀ ਸੀ, ਸਿੱਖ ਜ਼ਿਆਦਾ ਸਫ਼ਰ ਕਰ ਰਹੇ ਸੀ। ਇਹ ਕਹਿਣਾ ਬੜਾ ਸੌਖਾ ਹੁੰਦਾ, ਅੱਗ ਲਾਈ ਡੱਬੂ ਕੰਧ 'ਚ, ਅਸੀਂ ਤਾਂ ਰੌਲਾ ਪਾ ਕੇ ਚਲੇ ਜਾਵਾਂਗੇ, ਕਾਕਾ ਉੱਥੇ ਝੰਡਾ ਚੜਾ ਦੇ, ਮੁੜ ਕੇ ਜਦ ਉਹਨੂੰ ਜੇਲ੍ਹ 'ਚ ਫੜ ਕੇ ਲੈ ਜਾਣਗੇ ਨਾ, ਆਹ ਭੱਜਾਂਗੇ ਅਸੀਂ, ਅਤੇ ਮੁੜ ਕੇ ਉਹਦੇ ਘਰ ਬਾਰ ਵਿਖਰੀਊਗਾ, ਉਦੋਂ ਪਤਾ ਲੱਗਦਾ। ਅਤੇ ਕੀ ਹੁੰਦਾ ਸੀ, ਦਿਨ ਨੂੰ ਪੁਲਿਸ ਤੰਗ ਕਰਦੀ ਸੀ, ਰਾਤ ਨੂੰ ਜਿਹੜੇ ਸਿੰਘ ਸੀਗੇ ਆ ਕੇ ਰੋਟੀ ਖਾ ਕੇ ਕਿਸੇ ਦੇ, ਕੋਈ ਕਿਸੇ ਦੀ ਕਿਹਾ ਹਮ ਤਾਂ ਇਹਨਾਂ ਨੂੰ ਰੋਟੀ ਨਾ ਖੜਾਵੇ, ਕੁਛ ਤਾਂ ਛੱਡਣਾ ਵੀ ਹੋ ਸਕਦੀ ਹੈ, ਕੁਛ ਡਰ ਵੀ ਹੋ ਸਕਦਾ, ਦੋਨੇ ਚੀਜ਼ਾਂ ਨੇ। ਉਹ ਰਾਤ ਨੂੰ ਰੋਟੀ ਖਾ ਕੇ ਗਏ ਨੇ, ਦੂਜੇ ਦਿਨ ਪੁਲਿਸ ਨੇ ਆ ਕੇ ਉੱਥੇ ਦਬਿਸ਼ ਮਾਰ ਲੈਣੀ ਹੈ। ਔਰ ਅਗਲੀ ਗੱਲ, ਜੇ ਕੋਈ ਇਹੋ ਜਿਹਾ ਇਨਫਾਰਮਰ ਬੈਠਾ ਹੋਵੇ, ਇਨਫਾਰਮਰ ਕੀ ਉਸੇ ਕੌਮ 'ਚੋਂ ਨਹੀਂ ਹੁੰਦੇ, ਇਨਫਾਰਮਰ ਕੀ ਬਾਹਰੋਂ ਆਉਂਦੇ ਨੇ। ਬਿਲਕੁਲ, ਜਿਹੜੇ ਗਦਰ ਦੇ ਵਿੱਚ ਸੀਗੇ ਇਨਫਾਰਮਰ, ਉਹ ਕੀ ਵਿੱਚੋਂ ਨਹੀਂ ਸੀਗੇ, ਜਿਹੜੇ ਸਿੱਖਾਂ 'ਚ ਰਹੇ ਨੇ ਇਨਫਾਰਮਰ, ਉਹ ਕੀ ਵਿੱਚੋਂ ਨਹੀਂ ਸੀਗੇ, ਹਿੰਦੂਆਂ 'ਚ ਰਹੇ ਨੇ ਇਨਫਾਰਮਰ, ਉਹ ਕੀ ਵਿੱਚੋਂ ਨਹੀਂ ਸੀਗੇ, ਇਨਫਾਰਮਰ ਹਰ ਜਗ੍ਹਾ 'ਤੇ ਹੁੰਦੇ ਨੇ। ਉਹ ਇਨਫਾਰਮਰ ਜਾ ਕੇ ਉੱਧਰ ਵੀ ਦੂਸਰੀ ਲਾ ਦਿੰਦਾ, ਉੱਧਰ ਵੀ ਲਾ ਦਿੰਦਾ, ਦੱਸ ਵੀ ਦਿੰਦਾ ਵੀ ਹੁਣ ਫਲਾਣੀ ਥਾਂ ਆਉਣਗੇ। ਸੋ ਇਸ ਕਰਕੇ ਜਿਹੜੇ ਸੱਚੇ ਸੁੱਚੇ ਸ਼ਰੀਫ ਬੰਦੇ ਨੇ, ਬਲਕਿ ਉਦੋਂ ਤਾਂ ਗੁਰਦਾਸਪੁਰ ਜ਼ਿਲ੍ਹੇ 'ਚ ਤਾਂ ਜੋ ਮੈਂ ਹਾਲਤ ਦੇਖਦਾ ਸੀ, ਫਤਿਹਗੜ੍ਹ ਚੂੜੀਆਂ, ਧਿਆਨਪੁਰ, ਅਤੇ ਮੰਡ, ਭਾਮ, ਕਾਦੀਆਂ, ਕਾਨੂੰਵਾਨ, ਹੈ ਬਰਾਮਪੁਰ, ਦਰਾਂਗਲਾ, ਇਹ ਭੁੱਲਰ, ਇਹਨਾਂ ਏਰੀਆਂ 'ਚ ਇਹੀ ਜਿਹੀ ਹਾਲਤ ਸੀ ਕਿ ਦਿਨ ਨੂੰ ਪੁਲਿਸ ਦਾ ਰਾਜ ਹੁੰਦਾ ਸੀ, ਰਾਤ ਨੂੰ ਉਹਨਾਂ ਦਾ ਰਾਜ ਹੁੰਦਾ ਸੀ। ਸਿੱਖ ਜ਼ਿਆਦਾ ਡਰੇ ਹੋਏ ਸੀ, ਹਿੰਦੂ ਤਾਂ ਡਰੇ ਹੋਏ ਹੈਗੇ ਸੀਗੇ, ਪਰ ਸਿੱਖ ਦੇ ਉੱਤੇ ਜ਼ਿਆਦਾ ਤਸ਼ੱਦਦ ਹੋ ਰਿਹਾ ਸੀ, ਕਿਉਂਕਿ ਸਿੱਖ ਦਿਨ ਨੂੰ ਵੀ ਔਖੇ ਸੀਗੇ, ਰਾਤ ਨੂੰ ਵੀ ਔਖੇ ਸੀ। ਹਿੰਦੂਆਂ ਦੇ ਉੱਤੇ ਕਦੇ ਰਾਤ ਦਾ ਡਰ ਹੁੰਦਾ ਸੀ, ਦਿਨ ਦਾ ਨਹੀਂ ਉਹਨਾਂ ਹੁੰਦਾ ਸੀ। ਸੋ ਇਸ ਕਰਕੇ ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਪੰਜਾਬ ਨੇ ਜੇ ਆਪਦੇ ਹੱਕਾਂ ਦੀ ਲੜਾਈ ਲੜਨੀ ਹੈ, ਜਿਹੜੀ ਕਿ ਲੜਨੀ ਚਾਹੀਦੀ ਹੈ, ਪੰਜਾਬ ਨਾਲ ਹਮੇਸ਼ਾ ਹੀ ਧੱਕਾ ਹੋਇਆ। ਆਜ਼ਾਦੀ ਦੇ ਵਿੱਚ ਸਭ ਤੋਂ ਜ਼ਿਆਦਾ ਸਿਰ ਤਾਂ ਅਸੀਂ ਦਿੱਤੇ ਪੰਜਾਬੀਆਂ ਨੇ, ਸਭ ਤੋਂ ਜ਼ਿਆਦਾ ਸਿੱਖਾਂ ਨੇ ਦਿੱਤੇ, ਪਰ ਸਾਨੂੰ ਮਿਲਿਆ ਕੀ ਹੈ? ਸਾਡੀ ਪੰਜਾਬੀ ਬੋਲੀ ਦੇ ਉੱਤੇ ਹਮਲਾ ਕਰ ਰਹੇ ਨੇ, ਸਾਡੇ ਫਲਸਫੇ 'ਤੇ ਹਮਲਾ ਕਰ ਰਹੇ ਨੇ, ਸਾਡੇ ਖਾਣ ਪੀਣ ਵਿਚਾਰ ਵਿਹਾਰ 'ਤੇ ਹਮਲਾ ਕਰਦੇ, ਵੀ ਤਾਂ ਗੁਬਾਰੂ ਬੋਲੀ ਹੈ ਜੀ, ਇਹ ਕੌਣ ਨੇ ਸਾਨੂੰ ਦੱਸਣ ਵਾਲੀ ਵੀ ਗੁਬਾਰੂ ਬੋਲੀ ਹੈ? ਸੋ ਇਸ ਕਰਕੇ ਸਾਨੂੰ ਲੜਨਾ ਪਊ ਭਾਰਤ ਦੀ ਸਰਕਾਰ ਦੇ ਨਾਲ, ਪਰ ਲੜਨਾ ਤਰੀਕੇ ਨਾਲ ਪਊਗਾ। ਤਰੀਕਾ ਇਹੀ ਹੈ ਵੀ ਅੱਜ ਅਸੀਂ ਜੇ ਕਹੀਏ ਵੀ ਟੈਂਕਾਂ ਨਾਲ ਉਹਦੇ ਨਾਲ ਲੜਾਈ ਕਰ ਲਾਂਗੇ, ਇਹ ਜ਼ਮਾਨਾ ਨਹੀਂ ਰਿਹਾ ਹੁਣ। ਐਂ ਕਰੋ, ਜਿਹੜੇ ਵੀ ਕਹਿੰਦੇ ਨੇ ਵੱਡੇ ਬਹਾਦਰ, ਇਹ ਲੈ ਲੈਣ 50 ਟੈਂਕ ਲੈ ਲੈਣ, ਭਾਰਤ ਸਰਕਾਰ ਨਾਲ ਲੜ ਕੇ ਦਿਖਾਉਣ ਇੱਕ ਦਿਨ ਵੀ, ਇਹ ਨਹੀਂ ਆ ਲੜਾਈ ਹੋਣੀ ਹੈ, ਸ਼ਾਂਤਮਈ ਇੰਨਾ ਕਰ ਦਿਉ ਸਾਰੀ ਦੁਨੀਆ 'ਚ ਬਿਲਡ ਹੋ ਜਾਏ ਕਿ ਜੀ ਤਾਂ ਸਿੱਖਾਂ ਦਾ ਖਾਤਮਾ ਕਰਨਾ ਚਾਹੁੰਦੇ ਨੇ, ਇੰਡੀਅਨ ਸਟੇਟ ਤਾਂ ਪੰਜਾਬੀਆਂ ਦਾ ਖਾਤਮਾ ਕਰਨਾ ਚਾਹੁੰਦੇ ਨੇ, ਸ਼ਾਂਤਮਈ ਤਰੀਕੇ ਨਾਲ ਗੱਲ ਕਰੋ। ਜਿਹੜੇ ਬੰਦੇ ਬਾਹਰ ਬੈਠ ਕੇ ਉਂਗਲਾਂ ਲਾਉਂਦੇ ਨੇ, ਉਹ ਬਾਹਰ ਗਏ ਕਿਉਂ ਨੇ ਬਈ? ਉੱਥੇ ਤਾਂ ਸੌਖਾ ਕੰਮ ਹੈ, ਉੱਥੇ ਬੈਠ ਕੇ ਜੋ ਮਰਜ਼ੀ ਕਹੀ ਜੋ ਕਹਿੰਦੇ ਚੜ੍ਹ ਜਾ ਬੱਚਾ ਸੂਰੀ ਰਾਮ ਭਲੀ ਕਰੇਂਗੇ, ਇਹ ਤਾਂ ਕੋਈ ਔਖਾ ਕੰਮ ਹੀ ਨਹੀਂ ਹੈ। ਜਿਸ ਬੰਦੇ ਨੂੰ ਖਤਰਾ ਹੀ ਕੋਈ ਨਹੀਂ, ਹੁਣ ਇੱਥੇ ਬੜੇ ਅੱਜ ਵੀ ਗੱਲ ਹੋਈ, ਬੜੇ ਲੋਕ ਕਹਿੰਦੇ ਫਿਰ ਜੀ ਉਹਨੇ ਰਿਟਾਇਰ ਹੋ ਕੇ ਗੱਲ ਕਰਨੀ ਸ਼ੁਰੂ ਕਰਤੀ, ਨੌਕਰੀ 'ਚ ਕਿਉਂ ਨਹੀਂ ਕਰੀ? ਨੌਕਰੀ ਵੇਲੇ, ਕਿਉਂਕਿ ਨੌਕਰੀ ਵੇਲੇ ਲਾਲਚ ਸੀ ਆਪਦਾ, ਤੁਹਾਨੂੰ ਲਾਲਚ ਤਿਆਗਣਾ ਪੈਂਦਾ। ਜੇ ਮੈਂ ਬੋਲਦਾ, ਮੈਂ ਜਿੱਦੇ ਨੌਕਰੀ ਸੀ ਮੈਂ ਉਦੋਂ ਲਿਖਦਾ ਰਿਹਾ, 1984 'ਚ ਮੇਰੀ ਅਜੇ 9-10 ਸਾਲ ਦੀ ਨੌਕਰੀ ਹੋਈ ਸੀ, ਮੈਂ ਉਦੋਂ ਲਿਖਦਾ ਰਿਹਾ ਸਰਕਾਰ ਦੇ ਖਿਲਾਫ, ਔਰ ਬਲਿਊ ਸਟਾਰ ਵੇਲੇ ਲਿਖਦਾ ਰਿਹਾ। ਆ ਹੁਣ 26 ਜਨਵਰੀ ਨੂੰ ਜਿੱਦੇ ਹੋਇਆ ਸੀ, ਮੈਂ ਉਦੋਂ ਕਿਹਾ ਵੀ ਇਹ ਜਿਹੜਾ ਲਾਲ ਕਿਲੇ 'ਤੇ ਜੋ ਕੁਛ ਹੋਇਆ, ਇਹ ਜ਼ਿੰਮੇਵਾਰ ਇਹਦੇ ਗ੍ਰਹਿ ਮੰਤਰੀ ਅਤੇ ਹੋਰ ਨੇ, ਕਿਉਂਕਿ ਇਹਨਾਂ ਨੇ ਲਾਲ ਕਿਲੇ ਦੀ ਰਾਖੀ ਕਰਨੀ ਸੀ, ਉਹ ਰਾਖੀ ਨਹੀਂ ਕਰੀ। ਬੰਦਾ ਕਿਹੜਾ ਜਾ ਕੇ, ਮੈਂ ਆਪਦਾ ਘਰ ਖੁੱਲ੍ਹਾ ਛੱਡਦਾ, ਉਹਦੇ ਜਿਹੜਾ ਮਰਜ਼ੀ ਆ ਵੜੇ, ਕਸੂਰ ਤਾਂ ਮੇਰਾ, ਮੈਂ ਘਰ ਕਿਉਂ ਖੁੱਲ੍ਹਾ ਛੱਡਿਆ? ਸੋ ਇਸ ਕਰਕੇ ਮੈਂ ਅੱਜ ਵੀ ਕਹਿਣਾ ਵੀ ਜਿਹੜੀ ਵਾਇਲੈਂਸ ਇੰਟਰੋਡਿਊਸ ਕਰੀ ਸੀ ਉਹ ਸਟੇਟ ਨੇ ਕਰੀ ਸੀ, ਸਟੇਟ ਏਜੰਸੀਆਂ ਵਾਇਲੈਂਸ ਕਰਾਉਣਾ ਚਾਹੁੰਦੀਆਂ ਸੀ, ਕਿਉਂਕਿ ਉਹਨਾਂ ਨੇ ਹਮਲਾ ਕਰਨਾ ਸੀ, ਉਹਨਾਂ ਨੇ ਇਹਦਾ ਸਮਝੌਤਾ ਨਹੀਂ ਕਰਨਾ ਸੀ। ਇਹ ਸਬਕ ਸਿਖਾਉਣ ਦੀ ਇੱਕ ਮਾਨਸਿਕਤਾ ਪੈਦਾ ਕਰਤੀ ਸੀ, ਮੈਂ ਸੁਣਦਾ ਰਿਹਾ ਲੋਕਾਂ ਤੋਂ ਵੀ ਹੁਣ ਇਹਨਾਂ ਨੂੰ ਸਬਕ ਸਿਖਾਉਣਾ ਪਊ ਜੀ। ਇਹ ਜਿਹੜੇ ਅੱਜ ਵਾਲੇ ਨੇ, ਜਿਹੜੇ ਬੰਦੇ ਇਹ ਸਮਝਦੇ ਨੇ ਵੀ ਅਸੀਂ ਬੜੇ ਗਰਮ ਦਲ ਵਾਲੇ, ਉਹ ਏਜੰਸੀਆਂ ਉਹਨਾਂ ਨੂੰ ਬੜਾ ਕੁਛ ਕਰਦੀਆਂ ਨੇ, ਕਿਉਂਕਿ ਇਹ ਕਹਿਣਾ ਬੜਾ ਸੌਖਾ ਹੁੰਦਾ, ਯਾਰ ਇਹਨੂੰ ਚੱਕਦੇ ਫੱਟੇ ਲਾ ਦੇ ਨਾ ਗੱਲ, ਇਹ ਕਹਿਣਾ ਬੜਾ ਸੌਖਾ, ਕਿਉਂਕਿ ਆਪਾਂ ਕਹਿੰਦੇ ਲਾਉਣਾ, ਦੂਜੇ ਨੇ ਲਾਉਣਾ, ਜਾਊਗਾ ਉਹ ਜੇਲ੍ਹ 'ਚ ਜਾਊਗਾ, ਪਰ ਉਹ ਗੱਲ ਆ ਕੇ ਕਰੋਗੇ ਕੀ? ਮੈਂ ਇੱਕ ਲਾਸਟ ਗੱਲ ਕਹਾਂਗਾ ਜਿਹੜੀ ਮੈਂ ਇੱਥੇ ਨਹੀਂ ਕਹੀ ਸੀ। ਨਕਸਲਾਈਟ ਮੂਵਮੈਂਟ ਵੇਲੇ ਮੈਂ ਮੈਡੀਕਲ ਕਾਲਜ ਸੀਗਾ, ਡਾਕਟਰ ਲੱਗਿਆ ਹੋਇਆ ਸੀ, ਮੈਨੂੰ ਕਿਸੇ ਨੇ ਕਿਹਾ, ਮੈਂ ਕਿਹਾ ਤੁਸੀਂ ਯਾਰ ਇੱਕ ਬੰਦਾ ਮਾਰ ਦੋਗੇ ਜਗੀਰਦਾਰ, ਫਿਰ ਉਹਦੇ ਨਾਲ ਥੋੜ੍ਹਾ ਰਾਜ ਕਿਵੇਂ ਬਦਲ ਦਿਓ? ਕਹਿੰਦੇ ਨਹੀਂ ਨਹੀਂ ਉਹਦੀ ਜ਼ਮੀਨ, ਮੈਂ ਕਿਹਾ ਉਹਦੇ ਮੁੰਡੇ ਨੂੰ ਮਿਲ ਦਿਓ, ਕਹਿੰਦੇ ਉਹਨੂੰ ਵੀ ਮਾਰ ਦਾਂਗੇ, ਮੈਂ ਕਿਹਾ ਉਹਦੇ ਰਿਸ਼ਤੇਦਾਰ ਨੂੰ ਮਿਲ ਦਿਓ, ਕਹਿੰਦੇ ਉਹਨੂੰ ਵੀ ਮਾਰ ਦਾਂਗੇ, ਮੈਂ ਕਿਹਾ ਸਰਕਾਰ ਕਬਜ਼ਾ ਕਰ ਲਓ। ਤੁਹਾਨੂੰ ਕੀ ਮਿਲੂਗਾ? ਤੁਸੀਂ ਇੱਥੇ ਰਾਜ ਲੋਕਾਂ ਦਾ ਕਿਵੇਂ ਐਸਟੈਬਲਿਸ਼ ਕਰੋਗੇ? ਬੰਦੇ ਮਾਰ ਮਾਰ ਕੇ, ਬੰਦੇ ਮਾਰ ਕੇ ਰਾਜ ਨਹੀਂ ਐਸਟੈਬਲਿਸ਼ ਹੁੰਦੇ, ਬੰਦੇ ਨੂੰ ਇਕੱਠੇ ਕਰਕੇ ਐਸਟੈਬਲਿਸ਼ ਹੁੰਦੇ ਨੇ। ਇਹ ਠੀਕ ਹੈ, ਭਗਤ ਸਿੰਘ ਹੋਰਾਂ ਨੇ ਜਿਹੜੀ ਸੈਂਡਰਸ ਦੇ ਮਰਡਰ ਵੇਲੇ ਵੀ ਗੋਲੀ ਚਲਾਈ ਨਾ, ਚੰਨਣ ਸਿੰਘ ਨੂੰ ਮਾਰਿਆ, ਉਹ ਮਾਰਨਾ ਨਹੀਂ ਚਾਹੁੰਦੇ ਸੀ, ਉਹਨੂੰ ਆਖਿਆ ਤੂੰ ਜਾ ਸਾਡੇ ਪਿੱਛੇ ਨਾ ਲੱਗ, ਜਦੋਂ ਹਟੇ ਨਹੀਂ ਤਾਂ ਗੋਲੀ ਚਲਾਈ ਆ। ਸੋ ਗੋਲੀ ਤਾਂ ਤੁਹਾਡਾ ਆਖਰੀ ਹਥਿਆਰ ਹੈ, ਪਹਿਲਾਂ ਸਾਰੇ ਹਥਿਆਰ ਵਰਤਣੇ ਹੁੰਦੇ ਨੇ, ਤੁਹਾਡਾ ਸਟੇਟ ਕੋਸ਼ਿਸ਼ ਕਰਦੀ ਹੈ ਵੀ ਇਹਨਾਂ ਤੋਂ ਪਹਿਲੇ ਦਿਨ ਗੋਲੀ ਚਲਵਾ ਲਈ। ਬਿਲਕੁਲ, ਤੁਹਾਡਾ ਕਹਿਣ ਦਾ ਮਤਲਬ ਇਹੀ ਹੈ ਕਿ ਜੋ ਕੁਝ ਕਰਾਉਂਦੀ ਹੈ ਸਟੇਟ ਪਹਿਲਾਂ ਆਰਗੇਨਾਈਜ਼ ਕਰ ਲੈਂਦੀ ਹੈ ਸਾਰਾ ਕੁਝ, ਅਤੇ ਉਸ ਨੂੰ ਆਪਣੇ ਸੈਟਅਪ ਦੇ
ਉਹ ਹੁਣ ਬੰਦਾ ਜਿਹੜਾ ਉੱਥੇ ਜਾਊ ਜਾਊ ਤਾਂ ਉਸੇ ਭੇਸ 'ਚ ਹੀ ਨਾ। ਬਿਲਕੁਲ ਜੀ ਬਿਲਕੁਲ। ਸੋ ਇਸ ਕਰਕੇ ਸਟੇਟ ਹਮੇਸ਼ਾ ਮੋੜ ਫਿੱਟ ਕਰਦੀ ਆ, ਸਟੇਟ ਵਾਇਲੈਂਸ ਇੰਟਰੋਡਿਊਸ ਕਰਦੀ ਆ ਕਿਸੇ ਵੀ ਐਜੀਟੇਸ਼ਨ 'ਚ ਅਤੇ ਬੰਦਿਆਂ ਨੂੰ ਮਈਅਰ ਕਰਦੀ ਆ, ਫਿਰ ਉਹਨਾਂ ਨੂੰ ਆਪ ਮਰਵਾਉਂਦੀ ਆ ਕਹਿ ਕੇ, ਇਹ ਕਹਿ ਕੇ ਉਹ ਇਨਫਾਰਮਰ ਆ, ਇਹ ਫਲਾਣਾ, ਇਹ ਅਸਲ 'ਚ। ਉਦੋਂ ਕੀ ਨਿਕਲਿਆ, ਪੰਜਾਬ ਨੇ ਕੀ ਖੱਟਿਆ, ਪੰਜਾਬ ਦੀ ਜੂਸ ਚੁਗੀ ਗਈ, ਪੰਜਾਬ ਦੇ ਬੁੱਧੀਜੀਵੀ ਮਾਰੇ ਗਏ, ਚਾਹੇ ਯੂਥ ਨੂੰ ਅੱਤਵਾਦੀ ਕਹਿ ਕੇ ਮਾਰਤਾ, ਚਾਹੇ ਪੁਲਿਸ ਇਨਫਾਰਮਰ ਕਹਿ ਕੇ ਮਾਰਤਾ, ਚਾਹੇ ਪੁਲਿਸ ਦਾ ਸਿਪਾਹੀ ਜਾਂ ਫੌਜ ਦਾ ਸਿਪਾਹੀ ਕਹਿ ਕੇ ਮਾਰਤਾ, ਚਾਹੇ ਅਕਾਲੀ, ਕਾਂਗਰਸੀ, ਕਮਿਊਨਿਸਟ ਜਾਂ ਕੋਈ ਹੋਰ ਕਹਿ ਕੇ ਮਾਰਤਾ, ਸਭ ਤੋਂ ਜ਼ਿਆਦਾ ਪੰਜਾਬ ਦੀ ਯੂਥ ਮਰੀ ਹੈ, ਪੰਜਾਬ ਦੀ ਬੁੱਧੀਜੀਵੀ ਮਰੇ ਨੇ, ਅਤੇ ਉਦੋਂ ਬਾਅਦ ਰਾਜ ਕੀ ਦਾ, ਪਰਿਵਾਰਾਂ ਦਾ। ਜੇ ਉਹ ਯੂਥ ਜਿੰਦੀ ਰਹਿੰਦੀ ਤਾਂ ਪੰਜਾਬ ਦੀ ਸ਼ਕਲ ਬਦਲੀ ਹੋਣੀ ਸੀ, ਅੱਜ ਆ ਪਰਿਵਾਰਾਂ ਦਾ ਰਾਜ ਨਹੀਂ ਹੋਣਾ ਸੀ, ਹੁਣ ਪਰਿਵਾਰ ਹੀ ਰਹਿ ਗਏ, ਵਪਾਰੀ ਰਹਿ ਗਏ, ਦਰਬਾਰੀ ਰਹਿ ਗਏ। ਦੱਸ ਦਿਓ ਕਿਹੜੀ ਪਾਰਟੀ ਹੈ ਜਿਹਦੇ ਵਿੱਚ ਕੋਈ ਦੂਜਿਆਂ ਨੂੰ ਉੱਠਣ ਦਿੰਦੇ ਹੋਣਗੇ। ਸੋ ਇਸ ਕਰਕੇ ਪੰਜਾਬ ਦਾ ਪੱਠਾ ਬਿਠਾਉਣ ਦੇ ਵਿੱਚ, ਕਿਉਂਕਿ ਸਰਕਾਰ ਦਾ ਇੰਟਰਸਟ ਸੀਗਾ, ਐਮਰਜੈਂਸੀ ਵਿਰੋਧ ਅਸੀਂ ਕਰਿਆ, ਪਹਿਲਾਂ ਖੁਸ਼ੇ 'ਚ ਟੈਕਸ ਲਾਇਆ ਉਹਨੇ, ਕੈਰੋ ਨੇਤਾ ਉਹਦਾ ਅਸੀਂ ਵਿਰੋਧ ਕਰਿਆ। ਸੋ ਉਹਨਾਂ ਦਾ ਇੰਟਰਸਟ ਸੀ ਵੀ ਇਹਨਾਂ ਨੂੰ ਦਬਾ ਕੇ ਰੱਖੋ ਯਾਰ, ਇਹ ਬੋਲਦੇ ਨੇ ਜ਼ਿਆਦਾ। ਅਹਿਮਦ ਸ਼ਾਹ ਦਾ ਵਿਆਹ ਤਾਂ ਅਸੀਂ ਕਰਿਆ, ਉਹ ਜਨਾਨੀਆਂ ਨੂੰ ਲਿਜਾ ਰਿਹਾ ਸੀ 2200 ਨੂੰ, ਉਹ ਤਾਂ ਕੋਈ ਸਿੱਖਾਂ ਦੀ ਜਨਾਨੀ ਨਹੀਂ ਸੀ ਭਾਈ ਸਾਹਿਬ, ਉਹ ਜਨਾਨੀਆਂ ਹਿੰਦੂਆਂ ਦੀਆਂ ਸੀ। ਲੰਗਰ ਵਿਚਾਰੇ ਛੱਡ ਕੇ ਉਹਨਾਂ ਨੂੰ ਬਚਾਇਆ ਅਤੇ ਉਹਨਾਂ ਦੇ ਘਰੋਂ ਕਰੀ ਛੱਡਿਆ, ਇੱਕ ਦੀ ਅੱਖ ਵੱਲ ਨਹੀਂ ਕੋਈ ਚੱਕ ਹੈ, ਇਹ ਹੈ ਕਰਤਾ। ਸੋ ਇਸ ਕਰਤਾਰ ਨੂੰ ਇਹਨਾਂ ਦਾ ਕੀ ਹੈ, ਸਰਕਾਰ ਦਾ ਹੁਣ ਆ ਕਿਸਾਨ ਅੰਦੋਲਨ 'ਚ ਨਹੀਂ ਕਰਤਾ, ਉਹ ਕੁੜੀ ਜਿਹੜੀ ਮਰੀ ਹੈ ਉਹ ਸਾਰਾ ਕਿਸਾਨ ਅੰਦੋਲਨ ਜਿਹੜੇ ਪਾਈ ਜਾਂਦੇ ਨੇ, ਜਦਕਿ ਉਹ 4-5 ਲੜਕੇ ਲੜਕੀ ਉਹ ਆਪ ਹੀ ਰਹਿੰਦੇ ਸੀ ਇਕੱਠੇ ਕੁੱਠੇ ਜੋ ਵੀ ਸੀ, ਹੈ ਅਤੇ ਨਾ ਇਹਨਾਂ ਨੂੰ ਪਤਾ ਵੀ ਕੌਣ ਨੇ ਕੋਈ ਐਵੇਂ ਜਥੇਬੰਦੀ ਜੀ ਬਣਾ ਰੱਖੀ ਸੀ, ਅਤੇ ਉਹ ਕਹਿੰਦੇ ਜੀ ਕਿਸਾਨ ਅੰਦੋਲਨ 'ਚ ਹੋਇਆ, ਕਿਸਾਨ ਅੰਦੋਲਨ 'ਚ ਉੱਥੇ ਲੱਖਾਂ ਔਰਤਾਂ ਬੈਠੀਆਂ ਨੇ, ਉੱਥੇ ਤਾਂ ਸਮਾਂ ਲੋਕਾਂ ਦੀ ਇੱਜ਼ਤ ਮਹਿਫੂਜ਼ ਹੈ। ਸੋ ਸਿੱਖਾਂ ਦੇ ਵਿੱਚ ਅੱਜ ਤੱਕ ਮੈਂ ਨਹੀਂ ਕਦੇ ਇਤਿਹਾਸ 'ਚ ਪੜ੍ਹਿਆ ਵੀ ਜਿਹੜਾ ਸਿੱਖ ਹੈ ਉਹ ਕਿਸੇ ਵੂਮਨ ਪ੍ਰਤੀ ਮਾੜੀ ਨਜ਼ਰ ਨਾਲ ਆ ਸਕਦਾ। ਸੋ ਇਸ ਕਰਕੇ ਇਹ ਗੱਲ ਜਿਹੜੇ ਦੋਸ਼ ਲਾਏ ਗਏ ਬੜਾ ਕੁਛ ਕਰ ਗਿਆ, ਤੁਸੀਂ ਬੰਦੇ ਉਸ ਭੇਖ 'ਚ ਇੰਟਰੋਡਿਊਸ ਕਰੋ ਅਤੇ ਉਹ ਜਾਣ ਕੇ ਕਰੇਗਾ, ਉਹ ਪੁਲਿਸ ਵਾਲਿਆਂ ਨੂੰ ਮਰਵਾਏਗਾ, ਪੁਲਿਸ ਪੁਲਿਸ ਵਾਲਿਆਂ ਨੂੰ ਮਰਵਾਏਗੀ ਤਾਂ ਕਿ ਪੁਲਿਸ ਵਾਲਿਆਂ 'ਚ ਗੁੱਸਾ ਪੈਦਾ ਹੋ ਜਾਵੇ। ਜੇ ਨਹੀਂ ਤਾਂ ਮੈਂ, ਆਪਾਂ ਦੋਨੇ ਇੱਕੋ ਧਰਮ ਦੇ ਹਾਂ, ਆਪਾਂ ਇੱਕੋ ਗੱਲ ਨੂੰ ਮੰਨਦੇ ਹਾਂ, ਤੁਸੀਂ ਉਲਟ ਪਾਸਿਓ ਮੇਰੇ ਤਾਂ ਵੀ ਤੁਸੀਂ ਵੀ ਮੈਨੂੰ ਮਾਰਨ ਤੋਂ ਝਿਜਕੋ, ਮੈਂ ਵੀ ਤੁਹਾਨੂੰ ਮਾਰਨ ਤੋਂ ਝਿਜਕਾਂਗਾ, ਪਰ ਜੇ ਮੈਂ ਤੁਹਾਡੇ ਕਿਸੇ ਘਰਦੇ ਨੂੰ ਮਾਰ ਗਿਆ ਜਾਂ ਤੁਸੀਂ ਮੇਰੇ ਕਿਸੇ ਘਰਦੇ ਨੂੰ ਮਾਰ ਗਏ, ਫਿਰ ਆਪਣੀ ਜ਼ਿਆਦਾ ਦੁਸ਼ਮਣ ਭੇਜੂ, ਆਹ ਕੁਛ ਕਰਿਆ ਉਦੋਂ। ਇਸ ਕਰਕੇ ਮੈਂ ਇਹ ਸਮਝਦਾ ਵੀ ਪੰਜਾਬ ਦੇ ਹੱਕਾਂ ਦੀ ਲੜਾਈ ਅਜੇ ਲੰਬੀ ਲੜਾਈ ਹੈ, ਇਹ ਸਾਨੂੰ ਲੜਨੀ ਪੈਣੀ ਹੈ, ਜਿਹੜੀ ਮਰਜ਼ੀ ਸਰਕਾਰ ਆਈ ਜਾਵੇ, ਜੇ ਲੜਾਂਗੇ ਨਹੀਂ, ਜਿਹੜੀਆਂ ਕੌਮਾਂ ਸੁੱਤੀਆਂ ਰਹਿੰਦੀਆਂ ਨੇ ਉਹਨਾਂ ਨੂੰ ਕੋਈ ਬਚਾ ਨਹੀਂ ਸਕਦਾ।